ਪਿਆਰ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਹਾਲ ਚਾਲ? ਮੈਂ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਸੋ ਬਲੌਗ ਤਾਂ ਤੁਹਾਨੂੰ ਪਤਾ ਹੀ ਹੈ ਕਿ ਬਲੌਗ ਅੱਜ ਕਾਹਦਾ ਆ। ਅੱਜ ਹੈਗਾ ਜੀ ਪ੍ਰੋਗਰਾਮ ਸਾਡਾ ਸਕੂਲ ਵਿੱਚ ਭੰਗੜੇ ਦਾ, ਸਭ ਤੋਂ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਸਕੂਲ ਦੇ ਵਿੱਚ, ਜਿਹੜਾ ਕਿ ਸਾਰੀ ਕੰਟਰੀ ਦੇ ਵਿੱਚ ਲਗਭਗ ਜਿੰਨੇ ਵੀ ਹੈਗੇ ਆ ਸਕੂਲੇ ਪੜ੍ਹਦੇ ਉਹਨਾਂ ਦੇ ਸਾਰੇ ਪ੍ਰੋਗਰਾਮ ਨੇ। ਅਤੇ ਬਸ ਉੱਥੇ ਜਾ ਰਹੇ ਹੁਣ, 7:30 ਵਜੇ ਹੁਣ ਸਵੇਰ ਦੇ। ਆਹਦੇ ਕੱਪੜੇ ਪਿੱਛੇ ਕੁੜਤਾ ਟੰਗਿਆ, ਅਤੇ ਇੱਧਰ ਕੈਂਠਾ ਦੇ ਝੱਗੀ ਸਾਰਾ ਕੁਛ, ਇੱਧਰ ਇੱਧਰ ਸੱਚ ਪਿਆ ਦੇ ਕੈਂਠਾ ਦੇ ਝੱਗੀ ਇੱਧਰ ਪਈਆਂ ਸਾਰੀਆਂ ਲੋਹੀਆਂ ਪਈਆਂ ਇੱਧਰ। ਅਤੇ ਬਸ ਐਕਸਾਈਟਡ ਆ ਭੰਗੜੇ ਦੇ ਲਈ, ਕਿਉਂਕਿ ਸਾਡੇ ਸਕੂਲ ਵਿੱਚ ਤਾਂ ਪਹਿਲੀ ਵਾਰੀ ਹੋਣ ਲੱਗਾ ਭੰਗੜਾ। ਸਾਨੂੰ ਹੋ ਗਿਆ ਆਪਣੇ 14 ਸਾਲ ਪੜ੍ਹਦੇ ਨੂੰ ਸਕੂਲ 'ਚ, ਹਾਂ 13-14 ਸਾਲ ਦਾ ਪੜ੍ਹਦੇ ਨੂੰ ਹੋ ਗਿਆ, ਸੋ ਪਹਿਲੀ ਹੋਣ ਲੱਗਾ ਆ। ਅਤੇ ਬਾਕੀ ਟੀਚਰਾਂ ਨੇ ਵੀ ਜਿਹੜਾ ਆਪਣੇ ਕੀ ਕਹਿੰਦੇ ਹੁੰਦੇ ਨੂੰ ਅੱਜ ਸੂਟ ਪਾਉਣਾ ਆ, 4-5 ਟੀਚਰਾਂ ਨੇ ਸੂਟ ਪਾਉਣਾ, 2 ਸਰ ਨੇ ਕੁੜਤੇ ਪਜਾਮੇ ਪਾਉਣੇ ਆ, ਉਹ ਸਾਰੇ ਮੇਰੇ ਦਿੱਤੇ ਹੋਏ ਆ ਕੁੜਤੇ ਪਜਾਮੇ ਦੇ ਸੂਟ ਵੀ, ਸੋ ਅੱਜ ਉਹਨਾਂ ਨੇ ਪਾਉਣਾ ਆ। ਅਤੇ ਅੱਜ ਪ੍ਰੋਗਰਾਮ ਲੱਗਣਾ ਵਧੀਆ ਜਿਹਾ ਪ੍ਰੋਗਰਾਮ ਹੈਗਾ ਆਪਣਾ ਵੀ, ਇੱਕ ਤਾਂ ਲੱਗਿਆ 4 ਵਜੇ ਦੇ ਵਿੱਚ, ਮਤਲਬ ਦੁਪਹਿਰ ਨੂੰ ਪ੍ਰੋਗਰਾਮ ਆ, ਸਵੇਰ ਨੂੰ ਹਲਕੀ ਹਲਕੀ ਪ੍ਰੈਕਟਿਸ ਆ ਨਾ, ਤਾਂ ਕਰਕੇ ਅਤੇ ਮੈਂ ਤਾਂ ਬਹੁਤ ਐਕਸਾਈਟਡ ਹਾਂ। ਜਦੋਂ ਵੀ ਗੱਲ ਭੰਗੜੇ ਦੀ ਆਉਂਦੀ ਹੈ ਮੈਂ ਸਭ ਤੋਂ ਮੂਹਰੇ ਹੋ ਜਾਂਦਾ। ਬਾਕੀ ਨਜ਼ਾਰਾ ਤਾਂ ਜੋ ਪੂਰਾ ਫੁੱਲ ਹੋ ਗਿਆ, ਮੈਂ ਕਿਹਾ ਖਿਲਾਰੇ ਪਾਵਾਂਗੇ ਸਟੇਜ 'ਤੇ, ਮੈਂ ਕਿਹਾ ਪੰਜਾਬੀ ਆਉਣ ਲੱਗਿਆ ਸਟੇਜ 'ਤੇ, ਅਤੇ ਆਪਣੇ ਗਾਣਿਆਂ ਦਾ ਤਾਂ ਉੱਦੀ ਖਿਲਾਰਾ ਪੈ ਜਾਂਦਾ, ਐਨਰਜੀ ਆ ਜਾਂਦੀ ਆਪਣੇ ਅੰਦਰ, ਅਤੇ ਇਹਨਾਂ ਦੇ ਲੋਕਾਂ ਦੀ ਵੀ ਆ ਜਾਂਦੀ ਐਨਰਜੀ। ਜਦੋਂ ਅਸੀਂ ਪ੍ਰੈਕਟਿਸ ਕਰਦੇ ਸੀ ਨਾ, ਤਾਂ ਉਦੋਂ ਟੀਚਰਾਂ ਵੀ ਇੱਦਾਂ ਕਹਿ ਲਓ ਹੈ ਨਾ ਕਹਿੰਦੇ ਸੀ, ਕਹਿੰਦੇ ਜਦੋਂ ਤੁਸੀਂ ਭੰਗੜਾ ਪਾਉਂਦੇ ਸਾਨੂੰ ਦਿਲਾਂ ਤੁਸੀਂ ਬਹੁਤ ਖੁਸ਼ ਹੁੰਦੇ, ਲਾਈਕ ਹੈਪੀਨੈਸ ਹੁੰਦੀ ਆ ਭੰਗੜੇ ਦੇ ਵਿੱਚ ਹੈ ਨਾ ਜਿੱਦਾਂ, ਅਤੇ ਕਹਿੰਦੇ ਸਾਡੇ ਗਾਣੇ ਦੇ ਵਿੱਚ ਜਿੱਦਾਂ ਐਨਰਜੀ ਵੀ ਬਹੁਤ ਆ ਜਦੋਂ ਮਿਊਜ਼ਿਕ ਹੈ ਨਾ ਆਪਣਾ, ਹੈ ਨਾ ਆਪਣਾ ਮਿਊਜ਼ਿਕ ਦਾ ਵੀ ਨਹੀਂ ਹੈ ਕਿ ਮੈਂ ਦੱਸਵਾਂ। ਇਸ ਪ੍ਰੋਗਰਾਮ ਨੂੰ ਆਪਾਂ UN ਪ੍ਰੋਗਰਾਮ ਕਹਿੰਦੇ ਹਾਂ, ਯੂਨਾਈਟਡ ਨੇਸ਼ਨ, ਜਿੱਥੇ ਸਾਰੇ ਕੰਟਰੀ ਦੇ ਨਾਲ ਜਿੱਦਾਂ ਰਲ ਕੇ ਪ੍ਰੋਗਰਾਮ ਕਰਦੇ ਆ। ਇਹ ਸਕੂਲ 'ਚ ਵੀ ਪਹਿਲੀ ਵਾਰ ਹੋਣ ਲੱਗਾ, ਭੰਗੜਾ ਵੀ ਪਹਿਲੀ ਵਾਰੀ ਹੋਣ ਲੱਗਾ ਆ, ਉਹ ਵੀ ਬਹੁਤ ਵੱਡਾ ਜਿੱਦਾਂ ਲੱਗ ਕਹਿ ਲਓ 500 ਬੰਦਿਆਂ ਨੇ ਆਉਣਾ ਉੱਥੇ, ਉਹ ਗਾ ਬਾਬੇ ਦੇ ਮੇਹਰ ਦੇ ਨਾਲ। ਅੱਜ ਇਹ ਪ੍ਰੋਗਰਾਮ ਕਰਾਉਣ ਲਈ ਸਾਨੂੰ ਪਿਛਲੇ ਮਹੀਨੇ ਅਪਰੋਚ ਕੀਤੀ ਸੀਗੀ ਟੀਚਰਾਂ ਨੇ ਕਿ ਸਾਰੇ ਇੰਡੀਅਨ ਸੱਦ ਕੇ ਇੱਕ ਜਗ੍ਹਾ ਨਾ ਮੀਟਿੰਗ ਕਰੀਏ ਇੱਦਾਂ ਨਾ, ਅਤੇ ਕਹਿੰਦੇ ਕਿ UN ਦੀ ਪ੍ਰੋਗਰਾਮ ਕਰਨਾ ਇਹਨਾਂ ਨੇ 4 ਅਕਤੂਬਰ ਨੂੰ, ਜਿੱਦਾਂ ਕਹਿ ਲਓ 24-25-26 ਇਹਨਾਂ ਤਰੀਕਾਂ ਦੇ ਵਿੱਚ, ਤਰੀਕ ਨਹੀਂ ਸੀ ਫਾਈਨਲ ਹੋ ਰਹੀ। ਅਤੇ ਕਹਿੰਦੇ ਤੇ ਆਪਣਾ ਦਿਖਾਓ ਜਿਹੜਾ ਕਲਚਰ ਹੈ ਸਾਡਾ ਡਾਂਸ ਹੈ ਨਾ ਭੰਗੜੇ ਦਾ। ਅਤੇ 2-3 ਜਾਣੇ ਵਿੱਚ ਮੰਨਦੇ ਸੀ ਕਰਨ, 2-3 ਜਾਣੇ ਕਹਿੰਦੇ ਕਿ ਨਹੀਂ ਹੋਣਾ ਹੈਗਾ ਨਾ, ਮਤਲਬ ਟਾਈਮ ਨਹੀਂ ਹੈਗਾ ਇੱਦਾਂ ਉੱਦਾਂ ਨਾ। ਅਤੇ ਫਿਰ ਚਲੋ ਅਸੀਂ 2-3 ਜਾਣੇ ਨੇ ਪ੍ਰੈਕਟਿਸ ਸ਼ੁਰੂ ਕੀਤੀ, ਫਿਰ ਹੌਲੀ ਕਰਕੇ ਇੱਕ ਇੱਕ ਕਰਕੇ ਸਾਰੇ, ਮਤਲਬ ਇੰਡੀਅਨ ਜਿੰਨੇ ਵੀ ਇੱਥੇ ਸੀਗੇ ਪੰਜਾਬੀ ਮੁੰਡੇ, ਸਾਰੇ ਹੌਲੀ ਕਰਕੇ ਆ ਗਏ, ਅਤੇ ਇੱਕ ਵਧੀਆ ਟੀਮ ਬਣ ਗਈ ਜਿੱਦਾਂ। ਹੁਣ ਅਸੀਂ ਸਾਰੇ 22 ਟੀਮ ਜਿਹੜਾ ਆ, 22 ਟੀਮ ਕਹਿੰਦਾ ਸੋਰੀ ਸਰ, ਸਾਰੇ ਟੀਮ ਨੇ ਰਲ ਕੇ ਭੰਗੜਾ ਪਾਉਣਾ ਆ ਸਟੇਜ 'ਤੇ। ਮੈਂ ਕਿਹਾ ਸਟੇਜ ਹੀ ਪਾੜ ਦੇਣੀ ਸਾਰਿਆਂ ਨੇ ਅੱਜ, ਅਤੇ ਸਪੀਕਰਾਂ ਵੀ ਪਾੜ ਦੇਣੇ ਅੱਜ ਗਾਣਿਆਂ ਨਾਲ। ਬਾਕੀ ਇੱਕ ਗੱਲ ਤਾਂ ਸਾਰੇ ਮੁੰਡੇ ਮੰਨਦੇ ਹਾਂ, ਪੰਜਾਬੀ ਮੁੰਡੇ ਜਿੰਨੇ ਵੀ ਹੈਗੇ, ਕਿ ਜਿਹੜਾ UN ਦਾ ਪ੍ਰੋਗਰਾਮ ਹੈ ਨਾ, ਇਹ ਰੰਗਾ ਰੰਗ ਸਾਡੇ ਕਰਕੇ ਹੋਣਾ, ਜੇ ਅਸੀਂ ਨਾ ਮੰਨਦੇ ਤਾਂ ਇਹ ਪ੍ਰੋਗਰਾਮ ਥੋੜ੍ਹਾ ਸੁੱਕਾ ਸੁੱਕਾ ਰਹਿੰਦਾ। ਗੱਲ ਸਹੀ ਹੈ, ਸੁੱਕਾ ਸੁੱਕਾ ਰਹਿੰਦਾ ਇੱਦਾਂ। ਅਤੇ ਜਿੱਦਾਂ ਕਹਿ ਲਓ ਅਸੀਂ ਸਾਰੇ ਇੰਡੀਅਨਸ ਮੇਨ ਇਸ ਪ੍ਰੋਗਰਾਮ ਦੇ ਵਿੱਚ, ਜਿੱਦਾਂ ਕਹਿ ਲਓ ਲੀਡਰ ਹਾਂ ਅਸੀਂ ਸਾਰੇ ਹੀ ਇਸ ਪ੍ਰੋਗਰਾਮ, ਜਿੱਦਾਂ ਕਰ ਰਹੇ ਹਾਂ ਨਾ, ਵਧੀਆ ਬਣਾ ਰਹੇ ਹਾਂ ਸਾਰੇ, ਸਾਡੇ ਟੀਮ ਕਰਕੇ ਆ ਜਿੰਨੇ ਵੀ ਪੰਜਾਬੀ ਮੁੰਡੇ ਵਿੱਚ ਹੈਗੇ ਆ ਟੀਮ ਦੇ ਵਿੱਚ, ਤਾਂ ਕਿ ਉਹ ਅਤੇ ਸਾਡੇ ਤੋਂ ਬਿਨਾਂ ਫਿਰ ਪ੍ਰੋਗਰਾਮ ਇਹ ਥੋੜ੍ਹਾ ਫਿੱਕਾ ਰਹਿੰਦਾ, ਥੋੜ੍ਹਾ ਕਿ ਜ਼ਿਆਦਾ ਹੀ ਫਿੱਕਾ ਰਹਿੰਦਾ ਜਿੱਦਾਂ, ਸੁੱਕਾ ਹੀ ਰਹਿੰਦਾ ਫਿਰ ਕੰਮ, ਤਾਂ ਕਿ ਰੰਗਾ ਰੰਗ ਪ੍ਰੋਗਰਾਮ ਸਾਡੇ ਕਰਕੇ ਬਣ ਰਿਹਾ ਹੈ। ਲਓ ਜੀ ਪੰਜਾਬੀ ਗੱਭਰੂ ਤਿਆਰ ਹੋ ਗਏ ਨੇ, ਬਾਕੀ 2 ਬਾਹਰ ਨੇ ਕੱਪੜੇ ਪਾ ਰਹੇ ਨੇ, ਚੇਂਜ ਕਰ ਰਹੇ ਆਪਣੇ ਕੱਪੜੇ, 3 ਜਣੇ ਕਰ ਰਹੇ ਨੇ। ਸੋ ਕੀ ਫੀਲਿੰਗ ਆ ਸਾਰਿਆਂ ਨੂੰ, ਸਭ ਦੀ ਫੀਲਿੰਗ ਸ਼ੇਅਰ ਕਰੋ। ਐਕਸਾਈਟਡ, ਸਟੇਜ ਪਾੜ ਕੇ ਆਉਣੀ, ਪਾੜ ਦੇਣੀ ਆਪਾਂ ਸਾਰੀ, ਅਤੇ ਸਟੂਡੈਂਟਾਂ ਦੇ ਕੰਨ ਪਾੜ ਦੇਣੇ ਆ, ਦਿਮਾਗ ਵੀ ਪਾੜ ਦੇਣਾ, ਚੇਂਜ ਮਾਈਨਿੰਗ ਕਰਨਾ, ਭੰਗੜੇ ਪਾਉਣ ਲਾ ਲੈਣਾ ਆਪਾਂ ਰੂਟੀਨ ਨੇ। ਹੋਰ ਚਲੋ ਫਿਰ ਦੇਖੋ ਤੁਸੀਂ ਸਾਰਾ ਵਲੌਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਖੈਬੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਰੋਜ਼ ਅਸੀਂ ਬੈਕ ਸਟੇਜ ਦੇ ਵਿੱਚ ਖੜੇ ਹਾਂ ਸਾਰਿਆਂ ਨੇ, ਪਰਫੋਰਮਾ ਸ਼ਾਇਦ ਜਾਂ ਘੰਟੇ ਦੋ ਘੰਟੇ ਦਾ ਹੋਵੇ, ਬਾਕੀ ਤਾਂ ਮੋਹਰੇ ਦਿਖਾਉਂਦੇ ਹਾਂ। ਭੰਗੜਾ ਪੈਣ ਲੱਗਾ, ਇਤਿਹਾਸ ਬਣਨ ਲੱਗਾ, 2 ਮਿੰਟ ਦੇ ਵਿੱਚ ਸਾਡਾ ਭੰਗੜਾ ਸ਼ੁਰੂ ਹੋ ਜਾਣਾ। ਪਿੱਛੇ ਲੇਡੀਜ਼ ਦਾ ਚੱਲਦਾ, ਪੰਜਾਬੀ ਕੁੜੀ ਦਾ ਭੰਗੜਾ ਚੱਲ ਰਿਹਾ ਆ। ਇੱਕ ਵਾਰ ਮੁੰਡਿਆਂ ਦੀ ਵਾਰੀ ਆ, ਕਿਉਂ ਮੁੰਡਿਓ ਤਿਆਰ ਆ? ਓਏ ਮੁੰਡਿਓ ਤਿਆਰ ਆ? ਚੱਕ ਦਿਆਂਗੇ ਫਟੇ, ਇਤਿਹਾਸ ਬਣ ਜਾ ਰਿਹਾ 2 ਮਿੰਟ ਦੇ ਵਿੱਚ, ਦਿਖਾਉਣਾ ਤੁਹਾਨੂੰ ਸਾਰਾ। And allow me to introduce myself. I'm Gurchiran Soni of Grace, Great Club St. Jerome. So ladies and gentlemen, we are here to showcase our cultural dance, which is called Bhangra. What is Bhangra? Bhangra is an umbrella term for several traditional South Asian folk dances, forms and folk music styles, with the origins in the Punjab region of Northeast Pakistan and Northern India. Traditional Bhangra dance features several dancers in a circle. They move energetically, often with their raised arms or shoulders, to the syncopated beat of the double-headed throw drum. Originally a rural dance performed at harvest festivals, the heavy rhythmic swing of Bhangra music remains popular in modern Punjabi culture, while also gathering new devotees from other points of the globe. And Punjabi farmers have performed Bhangra moves to pass the time while working as early as the 14th and 15th century in Sialkot, a Punjab district in Pakistan. Bhangra dancers wear bright colorful clothes while performing. Men typically wear a kurta with a lungi and a turban on their heads. Women often don long shirts and pants known as salwar kameez and wear dupattas, a vibrant scarves around their neck. The term Bhangra refers to many dance styles and art forms from the Punjab region. Chumar features singers and dancers circling gracefully around the pole player, while a lady dancer plays a hand in hand and in front of their head while swaying their arms. And Gidda is a performance-based dance for women, in which they enact scenarios depicted in their songs, while Kindi has pairs of women working with thick arm and hands. And Tamal is high energy form with raised arms and shoulder head shakes. In addition to traditional moves, the umbrella of Bhangra dance comes to incorporate other forms of athleticism, such as Gatka, a Sikh martial art form that involves choreographed movement with weaponry. Often performed on holidays, gymnastic tumbling and formations are also part of so many Bhangra dances. So now, ladies and gentlemen, allow us to show our folk dance from Punjab. Hold on to your seats, back, and we are the Draupadi Shield. Bhangra, Bhangra, Bhangra. Make some noise for us, guys.
Bali for organizing this event, very diverse minds. We really appreciate your efforts, intentions behind this event, which is really special to us as we get to show a part of our culture as Punjabis. We believe that this is a big opportunity that we get to perform here in St. Louis College of Philosophy. And I probably say that this is the first time in history that Indian students get to showcase their country in the Philippines. Specifically in front of Polinians. Considering this is my last year as a student here, I'm glad that I get to do something for the school that I have connection with. I have been studying here since Kinder 1. Kinder 1 of the grade 12, in the least possible manners, I hope that we are offered more opportunities like this in the coming future, in which we give the best of the best ever we can show. Let us all mark that day, October 26, 2023, as the day you get to experience Indian culture in the St. Paul College of Luxor. As we make history in our 4 months today. Also, I huge thank for my teammates for their efforts and cooperation for today's performance. I wouldn't have done without them. Once again, thank you so much for this opportunity. And hope you guys enjoy our concert. God bless. ਮਾਮਾ ਸਭ ਦੇਖ ਹੀ ਲਈ ਆ ਤੇ ਮੈਂ ਕਿਹਾ ਕਹਿਣਾ ਤਾਂ ਨਹੀਂ ਜਾਣਾ ਸਾਰੇ ਦੀ ਥੱਲੇ ਥੱਲੇ ਹੋ ਗਏ ਤੇ ਆਪਣੀ ਬੱਲੇ ਬੱਲੇ ਹੋ ਗਏ ਕਹਿਤਾ ਕਹਿਣਾ ਨਹੀਂ ਬਣਦਾ ਨਹੀਂ ਪਰ ਕਹਿਤਾ ਸਾਰੇ ਦੀ ਥੱਲੇ ਥੱਲੇ ਕਰਤੀ ਤੇ ਆਪਣੀ ਬੱਲੇ ਬੱਲੇ ਕਰਾਤੀ ਸਾਰਿਆਂ ਨੇ ਪੰਜਾਬੀਆਂ ਨੇ ਮੈਂ ਕਹਿੰਦਾ ਬਹੁਤ ਨਜ਼ਾਰਾ ਆਇਆ ਗਾਂ ਵੀ ਸਾਨੂੰ ਇੱਧਰ ਪ੍ਰੋਗਰਾਮ ਮਿਲਣਗੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਹਿਸਟਰੀ ਖਾਸ ਕ੍ਰਾਈਡ ਥੈਂਕ ਯੂ ਸੋ ਮਚ ਸਾਰਿਆਂ ਦਾ ਬਹੁਤ ਤੁਸੀਂ ਦੇਖ ਹੀ ਲਿਆ ਤੇ ਸਭ ਤੋਂ ਪਹਿਲਾਂ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਗੁੱਡ ਲੱਕ ਕਿਹਾ ਸਾਰੇ ਇੱਥੇ ਉਹਨਾਂ ਦਾ ਮੈਸੇਜ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਕਿਹਾ ਚਲ ਸ਼ਾਰਟ ਆਊਟ ਕਰਦੀ ਹੈ ਤੁਹਾਨੂੰ ਸਾਰਿਆਂ ਨੂੰ ਤੇ ਸੱਚੀ ਯਾਰ ਪਰਫੋਰਮੈਂਸ ਤਾਂ ਮੈਂ ਪਤਾ ਨਹੀਂ ਕਵਾਂ ਕੀ ਮਤਲਬ ਕੋਈ ਘੈਂਟ ਦੇ ਉੱਤੇ ਸ਼ਬਦ ਪਤਾ ਨਹੀਂ ਕਿਹੜਾ ਹੋਊਗਾ ਪਰ ਘੈਂਟ ਤੋਂ ਵੀ ਘੈਂਟ ਸੀਗਾ ਮੈਂ ਕਿਹਾ ਸਾਰਾ ਕੰਮ ਜਿੰਨਾ ਵੀ ਸੀਗਾ ਹੁਣ ਪ੍ਰੋਗਰਾਮ ਸਾਰੇ ਸਿਸਟਰਾਂ ਜਿੰਨੇ ਵੀ ਟੀਚਰ ਸੀਗੇ ਸਾਰੇ ਖੁਸ਼ ਸੀਗੇ ਪ੍ਰੋਗਰਾਮ ਉਹਨਾਂ ਨੇ ਪਹਿਲੀ ਵਾਰ ਦੇਖਿਆ ਇੱਧਰ ਪ੍ਰੋਗਰਾਮ ਲਾਈਫ ਦੇ ਵਿੱਚ ਉਹਨਾਂ ਨੇ ਕਦੇ ਵੀ ਇੱਥੇ ਸਕੂਲ ਦੇ ਵਿੱਚ ਇੰਡੀਅਨ ਡਾਂਸ ਕਦੇ ਵੀ ਨਹੀਂ ਹੋਇਆ ਅਤੇ ਹੁਣ ਗਾਂਹ ਜ਼ਰੂਰ ਹੋਊਗਾ ਜਨਵਰੀ ਦੇ ਵਿੱਚ ਮੈਂ ਕਹਿੰਦਾ ਕਿ ਜ਼ਰੂਰ ਹੋਊਗਾ ਜ਼ਰੂਰ ਕਰਾਉਣਾ ਇਹਨਾਂ ਨੇ ਜਨਵਰੀ ਦੇ ਵਿੱਚ ਅਤੇ ਉਦੋਂ ਕਰਾਉਣਗੇ ਸਭ ਤੋਂ ਵੱਡਾ ਪ੍ਰੋਗਰਾਮ ਜਨਵਰੀ ਦੇ ਵਿੱਚ ਅਤੇ ਮੈਂ ਉਮੀਦ ਕਰਦਾ ਉਮੀਦ ਕੀ ਤੁਹਾਨੂੰ ਬਲੌਗ ਦਾ ਪੱਕਾ ਹੀ ਵਧੀਆ ਲੱਗਾ ਹੋਣਾ ਆ ਠੀਕ ਆ ਅਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਠੀਕ ਆ ਕਿ ਹਾਂ ਇੱਕ ਗੱਲ ਤਾਂ ਮੇਨ ਪੈ ਗਈ ਕਿ ਆਪਣੇ 1000 ਸਬਸਕ੍ਰਾਈਬਰ ਹੋਣ ਵਾਲਾ ਆ 3 ਸਾਲ ਹੋ ਗਏ ਸੀ ਯੂਟਿਊਬ ਕੰਮ ਸ਼ੁਰੂ ਕੀਤੇ ਨੂੰ ਅਤੇ 3 ਸਾਲ ਦੇ ਵਿੱਚ 1000 ਸਬਸਕ੍ਰਾਈਬਰ ਹੁਣ ਆਉਣ ਲੱਗਾ ਆ ਅਤੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਸਾਡੇ ਸਾਰਿਆਂ ਦਾ ਜਿੱਥੋਂ ਤੱਕ ਸ਼ੁਰੂ ਤੋਂ ਲੈ ਕੇ ਜਿਨ੍ਹਾਂ ਨੇ ਹੁਣ ਤੱਕ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ 1000 ਸਬਸਕ੍ਰਾਈਬਰ ਬਹੁਤ ਹੀ ਨੇੜੇ ਆ ਇੱਦਾਂ ਹੀ ਦੇਖਦੇ ਰਹੋ ਨਵਨੀਤ ਦਸਾਂਝ ਚੈਨਲ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ